ਕੀ ਨਾਮ ਵੀਰੇ? ਆਸ਼ੂ ਕੁਮਾਰ। ਆਸ਼ੂ ਭਾਈ, ਅੱਜ ਹੜਤਾਲ ਹੋਈ ਹੈ ਪੈਟਰੋਲ ਪੰਪਾਂ 'ਤੇ, ਕਾਫੀ ਲੰਮੀ ਲਾਈਨਾਂ ਲੱਗੀਆਂ, ਕੀ ਕਹੋਗੇ? ਕਹਿਣਾ ਚਾਹੁੰਦਾ ਬਾਈ, ਜੇ ਬਿਜਲੀ ਨਹੀਂ ਮਿਲੂਗਾ, ਪੈਟਰੋਲ ਨਹੀਂ ਮਿਲੂਗਾ, ਅਸੀਂ ਸਮਾਨ ਛੱਡ ਕੇ ਆਵਾਂਗੇ। ਹੁਣ ਬੈਠੇ ਹਾਂ ਉਰੇ, 4 ਘੰਟੇ 5 ਘੰਟੇ ਹੋ ਗਏ, ਲਾਈਨ ਇੰਨੀ ਵੱਡੀ ਲੱਗ ਰਹੀ ਹੈ, ਡੀਜ਼ਲ ਪੈ ਨਹੀਂ ਰਿਹਾ, ਅਸੀਂ ਉਹ ਸਮਾਨ ਕਿਵੇਂ ਲੈ ਕੇ ਜਾਵਾਂਗੇ ਅਤੇ ਪਾਰਟੀ ਨੂੰ ਕਿਵੇਂ ਦੇਵਾਂਗੇ? ਸਾਡਾ ਘਰ ਕਿਵੇਂ ਚੱਲੂਗਾ? ਜਾਂ ਮਾਲੇ ਨਹੀਂ ਭਰਾਂਗੇ ਗੱਡੀ 'ਚ, ਘਰ ਕਿਵੇਂ ਚੱਲੂਗਾ? ਬਾਹੂ ਨੇ ਤਨਖਾਹ ਨਹੀਂ ਦੇਣੀ ਮਾਰੋ, ਜੇ ਅਸੀਂ ਐਂ ਖੜ੍ਹੇ ਰਹਾਂਗੇ, ਬਾਹੂ ਨੂੰ ਕਮਾ ਕੇ ਨਹੀਂ ਦੇਵਾਂਗੇ, ਫਿਰ ਕੀ ਹੋਊਗਾ? ਤੁਸੀਂ ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਹਾਂ ਬਾਈ, ਸਰਕਾਰ ਨੂੰ, ਜਿਹੜਾ ਸਰਕਾਰ ਕਹਿੰਦੀ ਉਹ ਕਰੋ, ਜਾਂ ਸਰਕਾਰ ਤੋਂ ਉਹਦਾ ਮਤਲਬ ਇਹ ਨਹੀਂ, ਸਰਕਾਰ ਆਪਣਾ ਕੰਮ ਕਰੇ। ਸਾਡੇ ਵਰਗੇ ਗਰੀਬ ਬੰਦਿਆਂ ਨੂੰ, ਡਰਾਈਵਰਾਂ ਨੂੰ ਕਾਹਨੂੰ ਪਰੇਸ਼ਾਨ ਕੀਤਾ ਹੋਇਆ? ਕੀ ਨਾਮ ਬਾਈ? ਬਾਈ, ਮੇਰਾ ਨਾਮ ਕੇਵਲ ਕ੍ਰਿਸ਼ਨ ਹੈ। ਕੇਵਲ ਕ੍ਰਿਸ਼ਨ ਜੀ, ਅੱਜ ਪੈਟਰੋਲ ਪੰਪਾਂ 'ਤੇ ਕਾਫੀ ਲੰਮੀ ਲਾਈਨਾਂ ਲੱਗੀਆਂ ਅਤੇ ਕਾਫੀ ਲੋਕ ਤੰਗ ਹੋ ਰਹੇ ਨੇ, ਕੀ ਕਾਰਨ? ਬਾਈ, ਸਭ ਤੋਂ ਇੱਕ ਨਾ ਮੋਦੀ ਸਰਕਾਰ ਅਤੇ ਬੀਜੇਪੀ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਵੀ ਜੇ ਕੋਈ ਔਨ ਰੋਡ ਐਕਸੀਡੈਂਟ ਹੁੰਦਾ ਅਤੇ ਉਹਦਾ ਨੁਕਸਾਨ ਡਰਾਈਵਰ ਨੂੰ ਬਹੁਤ ਹੀ ਭਾਰਾ ਹੈ, ਅਤੇ 10 ਸਾਲ ਦੀ ਸਜ਼ਾ, 7 ਲੱਖ ਦਾ ਜੁਰਮਾਨਾ ਹੈ। ਮੈਂ ਕਹਿੰਦਾ ਮੋਦੀ ਸਰਕਾਰ ਸਾਹਮਣੇ ਇੱਕ ਬੇਨਤੀ ਕਰਦਾ ਵੀ ਇਹ ਕਾਨੂੰਨਾਂ 'ਚ ਥੋੜ੍ਹੀ ਮੋਟੀ ਡਰਾਈਵਰਾਂ ਵਾਸਤੇ, ਭਾਈਆਂ ਵਾਸਤੇ ਰਿਲੈਕਸ ਦਿੱਤੀ ਜਾਵੇ, ਕਿਉਂਕਿ ਕੋਈ ਜਾਣ ਬੁੱਝ ਕੇ ਤਾਂ ਕੋਈ ਗੱਡੀ ਕਿਸੇ ਉੱਤੇ ਚੜਾਉਂਦਾ ਨਹੀਂ ਹੈਗਾ, ਅਤੇ ਜੇ ਅਗਰ ਉੱਥੇ ਬਾਈ ਚਾਂਸ ਡਰਾਈਵਰ ਉੱਥੇ ਫੜਿਆ ਵੀ ਜਾਵੇ ਤਾਂ ਵਿਚਾਰਿਆਂ ਨੂੰ ਕੋਈ ਲੋਕ ਘੁੱਟ ਘੁੱਟ ਕੇ ਮਾਰ ਦੇਣਗੇ। ਮੈਂ ਮੋਦੀ ਸਰਕਾਰ ਕੋਲ ਅਪੀਲ ਕਰਦਾ, ਬੇਨਤੀ ਕਰਦਾ ਵੀ ਇਹ ਕਾਨੂੰਨਾਂ ਨੂੰ ਵਾਪਸ ਕੀਤਾ ਜਾਵੇ, ਅਤੇ ਮੈਂ ਜਨਤਾ ਦੇ ਥਰੂ ਹੀ ਅਤੇ ਲੋਕਾਂ ਦੇ ਥਰੂ ਡਰਾਈਵਰ ਭਾਈ ਤੌਰ 'ਤੇ ਵੀ ਬੋਲਦਾ ਬਾਈ ਵੀ ਇਹ ਕਾਨੂੰਨਾਂ ਨੂੰ ਵਾਪਸ ਜਲਦੀ ਜਲਦੀ ਕੀਤਾ ਜਾਵੇ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ, ਕਿਉਂਕਿ ਸਾਰਾ ਕੁਝ ਖਾਣਾ ਪੀਣਾ ਤੇਲ ਪਾਣੀ ਪੰਪਾਂ 'ਤੇ ਰਸ ਹੋਇਆ ਪਿਆ ਬਾਈ, ਲੋਕ ਖੱਜਰ ਖਵਾਲ ਹੋ ਰਹੇ ਆ, ਇਹਨਾਂ ਕਰਕੇ ਲੋਕਾਂ ਨੂੰ ਦੇਖ ਕੇ ਐਂ ਲੱਗਦਾ ਵੀ ਹੁਣ ਵੀ ਘਸਮਾਣ ਪੈ ਰਿਹਾ ਪੰਪਾਂ 'ਤੇ। ਅਤੇ ਮੈਂ ਕਹਿੰਦਾ ਮੋਦੀ ਸਰਕਾਰ ਇਹ ਕਾਨੂੰਨ ਨੂੰ ਵਾਪਸ ਕੀਤਾ ਜਾਵੇ, ਮੈਂ ਉਹਨਾਂ ਨੂੰ ਧੰਨਵਾਦ ਕਹਿਣਾ ਵੀ ਇਹ ਕਾਨੂੰਨ ਵਾਪਸ ਕੀਤੇ ਜਾਣ ਮੋਦੀ ਸਰਕਾਰ ਨੂੰ।